ਬਲਦੀਪ ਸਿੰਘ ਦੀ ਪੁਸਤਕ ਚਿੜੀਆਖਾਨਾ ਦੀ ਕਹਾਣੀ ਹੈ ਬਦਲਦੇ ਮੌਸਮ ਅੰਦਰ ਕਮੀ ਰੁੱਜੀ ਬਸੰਤੀ ਨੂੰ ਆਪਣੇ ਘਰ ਦੇ ਸਾਹਮਣੇ ਆ ਕੇ ਰੁਕੀ ਕਾਰ ਦਾ ਪਤਾ ਨਹੀਂ ਲੱਗਿਆ ਪਰ ਅਚਾਨਕ ਰਲਵੇਂ ਹਾਸੇ ਦਾ ਇੱਕ ਫੁਆਰਾ ਜਿਹਾ ਜਿਵੇਂ ਸਾਹਮਣੀ ਕੋਠੀ ਦੀ ਉੱਪਰਲੀ ਖੁੱਲੀ ਖਿੜਕੀ 'ਚ ਉਤਰ ਕੇ ਉਹਦੇ ਕੰਨਾਂ ਨਾਲ ਕਸਰਿਆ ਤਾਂ ਉਹ ਹੈਰਾਨ ਰਹਿ ਗਈ ਹੱਥ 'ਚ ਫੜਿਆ ਝਾੜੂ ਥਾਂ 'ਇ ਰੁਕ ਗਿਆ ਤੇ ਆਪਣੇ ਆਪ ਨੂੰ ਕੋਸਣ ਲੱਗੀ ਪਰ ਫਿਰ ਜਲਦੀ ਜਿਵੇਂ ਕੁਝ ਯਾਦ ਆ ਗਿਆ ਹੋਵੇ ਉઠી ਕਾਲੀ ਨਾਲ ਖੁੱਲਿਆ ਦਰਵਾਜ਼ਾ ਅੱਧਿਓਂ ਬਹੁਤਾ ਭੀੜ ਕੇ ਓਟ 'ਚ ਖੜੀ ਹੋ ਗਈ ਤੇ ਫਿਰ ਲੁੱਕ ਕੇ ਸਾਹਮਣੀ ਕੋਠੀ ਦੀ ਉੱਪਰਲੀ ਮੰਜ਼ਿਲ ਵੱਲ ਤੱਕਣ ਲੱਗ ਪਈ ਖਿੜਕੀ ਖੁੱਲੀ ਸੀ ਉਹੀ ਹਰ ਰੋਜ਼ ਆਉਣ ਵਾਲਾ ਆਦਮੀ ਕੋਠੀ ਦੀ ਮਾਲਕਨ ਨੂੰ ਜਫੀਚ ਘੁੱਟੀ ਚੁੰਮੀ ਚੁੰਮ ਰਿਹਾ ਸੀ ਤੇ ਉਹ ਹਾਸਾ ਸੋਸ ਕੋਲੋਂ ਆਪਣਾ ਆਪ ਚ ਢਾਉਂਦੀ ਵੀ ਤੇ ਉਹਨੂੰ ਛੇੜਦੀ ਵੀ ਭਲਾਂਚ ਬਸੰਤੀ ਦਾ ਸਾਰਾ ਜਿਸਮ ਅੱਗ ਵਾਂਗੂ ਬਲਣ ਲੱਗ ਪਿਆ ਉਹਨੇ ਦਰਵਾਜ਼ਾ ਪੂਰਾ ਬੰਦ ਕਰਕੇ ਉਧਰੋਂ ਅੱਖਾਂ ਫੇਰ ਲਈਆਂ ਤੇ ਫਿਰ ਘੁੱਟ ਕੇ ਮੀਟ ਲਈਆ ਬੜੀ ਔਖੀ ਹੋ ਕੇ ਉਹਦੇ ਗਲ ਛਟਕੇ ਆ ਸਾਹ ਅੰਦਰ ਬਾਹਰ ਖਿੱਚਿਆ ਛੱਡਿਆ ਫਿਰ ਕਿਸੇ ਵੇਗ ਚ ਆ ਕੇ ਦਰਵਾਜ਼ਾ ਖੋਲ੍ਹਿਆ ਉੱਪਰ ਤੱਕਿਆ ਉਵੇਂ ਹੀ ਪਹਿਲਾਂ ਵਾਂਗ ਬਸੰਤੀ ਇਹ ਵੀ ਭੁੱਲ ਗਈ ਸੀ ਵੀ ਉਹਦਾ ਘਰ ਵਾਲਾ ਹੁਣੇ ਆਇਆ ਆ ਕੇ ਜਲਦੀ ਖਾਣਾ ਬਣਾਉਣ ਵਾਸਤੇ ਵੀ ਕਹਿ ਕੇ ਗਿਆ ਸੀ ਅੱਜ ਤੋਂ ਫੇਰ ਉਹਦੀ ਰਾਤ ਵਾਲੀ ਸ਼ਿਫਟ ਲੱਗਣੀ ਸੀ ਤੇ ਜਦੋਂ ਦੁਪਹਿਰ ਸੁੰਗੜ ਜਾਂਦੀ ਪਰ ਛਾਵੇਂ ਲੰਮੇ ਹੋਣ ਲੱਗਦੇ ਸੂਰਜ ਸਾਹਮਣੇ ਸ਼ਿਵ ਦਵਾਲੇ ਦੀ ਹੋਟ ਲੈ ਲੈਂਦਾ ਬਸੰਤੀ ਦੇਖਦੀ ਸਾਹਮਣੀ ਕੋਠੀ ਦੀ ਦੂਜੀ ਮੰਜ਼ਲ ਵਾਲੀ ਖਿੜਕੀ ਖੁੱਲਦੀ ਇੱਕ ਮੁਟਿਆਰ ਜੀ ਦਿਖਦੀ ਔਰਤ ਇਉਂ ਲੱਗਦਾ ਜਿਵੇਂ ਹਾਰ ਸ਼ਿੰਗਾਰ ਕਰ ਰਹੀ ਹੋਵੇ ਉਹ ਕੀ ਕੁਝ ਲਾਉਂਦੀ ਐਨੀ ਦੂਰੋਂ ਤੱਕ ਕੁਝ ਪਤਾ ਨਾ ਲੱਗਦਾ ਪਰ ਬਸੰਤੀ ਨੂੰ ਉਹ ਪਹਿਲਾਂ ਨਾਲੋਂ ਸੋਹਣੀ ਲੱਗਦੀ ਕਈ ਵੇਰ ਬਸੰਤੀ ਨੂੰ ਬੜੀ ਚੰਗੀ ਵਾਸ਼ਨਾ ਵੀ ਆਉਂਦੀ ਤਕਰੀਬਨ ਇੱਕੋ ਹੀ ਵੇਲੇ ਰੋਜ਼ ਇੱਕ ਕਾਰ ਆਉਂਦੀ ਇੱਕ ਆਦਮੀ ਕਾਲੀ ਨਾਲ ਉਸ ਚੌਟਰ ਦਾ ਕਈ ਵਾਰ ਉੱਪਰ ਖਿੜਕੀ ਵਿੱਚੋਂ ਦੀ ਦਿਖਦੀ ਔਰਤ ਨੂੰ ਅਚਾਨਕ ਡਰਾ ਦਿੰਦਾ ਹਾਰ ਸ਼ਿੰਗਾਰ ਕਰਦੀ ਹੋਈ ਦੀਆਂ ਛੁਪਲੇ ਅੱਖਾਂ ਬੰਦ ਕਰ ਦਿੰਦਾ ਕਦੇ ਉੱਤਰਬਕ ਜਾਂਦੀ ਕਦੇ ਉਹਨੂੰ ਚਿੰਬੜ ਜਾਂਦੀ ਫਿਰ ਦੋਵੇਂ ਖੁੱਲ ਕੇ ਹੱਸਦੇ ਤੇ ਬਸੰਤੀ ਦੇ ਕੰਨਾਂ 'ਚ ਇਹ ਹਾਸਾ ਕਦੇ ਰਸ ਖੋਲ ਜਾਂਦਾ ਕਦੇ ਵਿਸ਼ ਖੋਲ ਜਾਂਦਾ ਅੱਜ ਤੱਕ ਬਸੰਤੀ ਨੂੰ ਪਤਾ ਨਹੀਂ ਸੀ ਲੱਗਿਆ ਇਹ ਕਾਰ 'ਚ ਆਉਂਦਾ ਆਦਮੀ ਉਸ ਔਰਤ ਦਾ ਕੀ ਲੱਗਦਾ ਸੀ ਕੋਠੀ ਚੋਂ ਜਾਣੋ ਦਾ ਨਹੀਂ ਸੀ ਪਤੀ ਹੁੰਦਾ ਤਾਂ ਰਾਤ ਨੂੰ ਵੀ ਘਰ ਹੀ ਰਹਿੰਦਾ ਉਹ ਸੋਚਦੀ ਯਾਰ ਹੁੰਦਾ ਤਾਂ ਚੋਰੀ ਛੁਪੇ ਆਉਂਦਾ یوں ਖੁੱਲੇ ਆਮ ਸਭਨਾਂ ਦੇ ਸਾਹਮਣੇ ਉਹ ਇਸ ਤਰ੍ਹਾਂ ਨਾ ਮਿਲਦੇ ਇਹ ਉਹ ਸੋਚਦੀ ਸ਼ਾਇਦ ਵੱਡਿਆਂ ਘਰਾਂ 'ਚ ਜਿਹਾ ਹੀ ਕੁਝ ਹੁੰਦਾ ਹੋਵੇ ਜਦੋਂ ਵੀ ਉਹਨਾਂ ਦੇ ਮਿਲਣ ਦਾ ਵਕਤ ਆਉਂਦਾ ਉਹ ਹੱਥ ਲਈ ਕੰਮ ਨਿਪਟਾ ਕੇ ਕਿਸੇ ਕੋਨੇ ਉਹਨਾਂ ਨੂੰ ਵੇਖਦੀ ਕਈ ਵਾਰ ਬੇਤਿਆਨਿਓ ਕੁਝੀਆਂ ਹਰਕਤਾਂ ਵੀ ਕਰਦੀ ਕਦੇ-ਕਦੇ ਬਸੰਤੀ ਵੇ ਸਮਾਦ ਵਿੱਚ ਸਰਸਰੀ ਜਾਂਦੀ ਤੇ ਕਦੇ-ਕਦੇ ਜ਼ਖਮੀ ਹੋਈ ਘੁੱਗੀ ਵਾਂਗ ਤੜਪ ਕੇ ਰਹਿ ਜਾਂਦੀ ਸੋਚਣ ਲੱਗਦੀ ਉਹਦੇ ਜੀਵਨ ਨੂੰ ਵੀ ਕਦੀ ਦੋ ਪਲ ਵਿਹਲੇ ਮਿਲਣਗੇ ਕਦੀ ਉਹ ਵੀ ਆਪਣੇ ਪਤੀ ਕੋਲ ਬੈਠ ਕੇ ਈਉਂ ਹੱਸੇ ਖੇਡੇਗੀ ਤੰਗੀਆਂ ਮਾਰੇ ਦਿਨਾਂ 'ਚ ਉਹਦੇ ਮਰਦ ਨੂੰ ਵੀ ਦੋ ਘੜੀਆਂ ਸੁੱਖ ਹਦਾਰਾ ਮਿਲੇਗਾ। ਉਹਦੇ ਵਿਆਹ ਨੂੰ ਵੀ ਤਾਂ ਹਲੇ 6 ਮਹੀਨੇ ਹੋਏ ਸੀ। ਸੁਰਖੀ ਪਾਊਡਰ ਦੀ ਮਹਿਕ ਤਾਂ ਉਹਨੇ ਵਿਆਹ ਵਾਲੇ ਦਿਨ ਵੀ ਨਹੀਂ ਮਾਣੀ ਸੀ। ਫਿਰ ਪਹਿਲੇ 3-4 ਦਿਨਾਂ ਤੋਂ ਬਾਅਦ ਦਰਕਾਲਾਂ ਤੱਕ ਡੂੰਘੀਆਂ ਯਖ ਰਾਤਾਂ ਵੀ ਉਹਨੂੰ ਆਪਣੇ ਪਤੀ ਦਾ ਨਿਗ ਨਹੀਂ ਮਿਲਿਆ। ਉਹਦੇ ਚੁਫੇਰੇ ਖਿਆਲਾਂ ਦਾ ਹਨੇਰਾ ਗੂੜਾ ਹੁੰਦਾ ਗਿਆ। ਉਹਨੂੰ ਆਪਣੇ ਆਪ 'ਚੋਂ ਮਹਿਕ ਆਉਣ ਲੱਗੀ। ਬਹੁਤੇ ਵਰਿਆਂ ਦੀ ਗੱਲ ਨਹੀਂ। ਉਪਣੇ ਪਿੰਡ ਦੇ ਛੱਪੜ ਚਿੱਟਕੇ ਪਾਣੀ 'ਚ ਜਦੋਂ ਆਪਣਾ ਅਕਸ ਵੇਖਦੀ ਸੀ ਤਾਂ ਉਹਨੂੰ ਆਪਣਾ ਆਪ ਇੰਦਰ ਦੇ ਅਖਾੜੇ ਦੀਆਂ ਪਰੀਆਂ ਵਰਗਾ ਲੱਗਦਾ ਆਪਣੇ ਬਾਪੂ ਤੋਂ ਉਹਨੇ ਬੜੀਆਂ ਬਾਤਾਂ ਸੁਣੀਆਂ ਸੀ ਉਦੋਂ ਉਹਨੂੰ ਲੱਗਦਾ ਜਿਵੇਂ ਸਾਰੀ ਦੇਹ ਪਾਰੇ ਵਾਂਗੂ ਕੰਬਦੀ ਹੋਵੇ ਪਿੰਡੇ 'ਚੋਂ ਸੇਕ ਨਿਕਲਦਾ ਉਹ ਅਨੁਭਵ ਕਰਦੀ ਕਲਪ ਦੀ ਕੋਈ ਅੰਦਰ ਦੇਵਤੇ ਵਰਗਾ ਆ ਕੇ ਉਹਨੂੰ ਆਖੇਗਾ ਨੱਚ ਨੱਚ ਤੇ ਉਹ ਝੂਮਰ ਪਾਉਂਦੀ ਪਹਿਲੀਆਂ ਖੇਤਾਂ 'ਚ ਦੀ ਉੱਡਦੀ ਸਤਰੰਗੀ ਪਿੰਗ ਜਾਂ ਝੂਟੇਗੀ ਉਦੋਂ ਹੀ ਬੁੱਢੇ ਬਾਪੂ ਦੀ ਖੰਗ ਆਖਦੀ ਤਰ ਕਾਲਾਂ ਦੀਆਂ ਰੋਟੀਆਂ ਦਾਰ ਪਾਰ ਕੀਤਾ ਤੇ ਇਹ ਤੇ ਬਸੰਤੀ ਦੇ ਸਾਰੇ ਸੁਪਨੇ ਆٹے ਵਾਲੇ ਖਾਲੀ ਖੜੇ ਜਾ ਕੇ ਟੁੱਟ ਜਾਂਦੇ ਸਤਰੰਗੀ ਪੀਂਗ ਤੋਂ ਕੋਈ ਹੱਥ ਪੁੰਝੇ ਵਗਾਹ ਮਾਰਦਾ ਤੇ ਉਹ ਬਾਪੂ ਨੂੰ ਖੌਕਿਆਂ ਦਾ ਥਾਲ ਪਰੋਸ ਦਿੰਦੀ ਪਿਓ ਨੂੰ ਭਰ ਜਵਾਨ ਹੁੰਦੀ ਜਾਂਦੀ ਧੀ ਦਾ ਫਿਕਰ ਬਰੀਕੀ ਤਾਪ ਵਾਂਗ ਅੰਦਰੋਂ ਅੰਦਰ ਲੱਗਾ ਕੀ ਪਤਾ ਕਦੋਂ ਮਾਂ ਬਾਰੀ ਵਾਂਗ ਪਿਓ ਬਾਰੀ ਹੋ ਜਾਏ ਉਹ ਸੋਚਦਾ ਇਸ ਰੜੀ ਹੱਥ ਥੋੜਿਆ ਘਰ ਲੱਭ ਕੇ ਬਸੰਤੀ ਪਰਾਇ ਕਰਦੀ। ਬਸੰਤੀ ਦੇ ਅੰਦਰੋਂ ਕੁਝ ਟੁੱਟ ਗਿਆ ਸੀ ਜਾਂ ਜੁੜ ਗਿਆ ਸੀ। ਕੱਚੀ ਪੱਕੀ ਉਮਰ ਦੇ ਇਸ ਮੋੜ ਤੇ ਕੁਝ ਵੀ ਨਹੀਂ ਸੀ ਸੋਚ ਸਕਦੀ। ਪਿਓ ਨਾਲ ਵਿਛੜਨ ਦਾ ਦੁੱਖ ਡਾਢਾ ਸੀ, ਮਾਂ ਵੀ ਬੜੀ ਯਾਦ ਆਈ। ਅੰਡਣਾ ਗਵਾਂਡਣਾ ਤੇ ਸਹੇਲੀਆਂ ਰੁੰਦੀਆਂ ਛੱਡ ਕੇ ਉਪਰੇ ਗਰੂ ਨਾਲ ਉਪਰੇ ਸ਼ਹਿਰ ਚੋਂ ਮਰੰਗ ਕੱਟਣ ਆ ਗਈ। ਬਸੰਤੀ ਨੂੰ ਵਿਆਹ ਦੇ ਪਹਿਲੇ ਕੁਝ ਦਿਨ ਯਾਦ ਸਨ ਤੇ ਫਿਰ ਉਹਦਾ ਪਤੀ ਕਦੀ ਅੱਧੀ ਰਾਤ ਕਦੀ ਦਿਨ ਚੜੇ ਘਰ ਮੁੜਦਾ। ਸੋਹਣੇ ਕਰਦੇ ਸੁਪਨੇ ਲੈਂਦਾ ਉਥਾਂ-ਥਾਂ ਪਟਕਦਾ ਤੇ ਇੱਕ ਦਿਨ ਉਹਨੂੰ ਕੰਮ ਮਿਲ ਗਿਆ ਇੱਕ ਕਾਰਖਾਨੇ 'ਚ ਸ਼ਰਤ ਸੀ ਜੋ ਰਾਤ ਦੀ ਡਿਊਟੀ ਕਰ ਸਕਦਾ ਹੋਵੇ ਪੱਠੀ 'ਚ ਕੋਲੇ ਸੁੱਟਦੇ ਰਹਿਣਾ ਸੀ ਨਵੇਂ ਵਿਆਹ ਦਾ ਚਾਹ ਕੋਲਿਆਂ ਨਾਲ ਮੂੰਹ ਸਿਰ ਕਾਲਾ ਸਾਰੀ ਰਾਤ ਪੱਠੀ 'ਚ ਅੱਗ ਨਾਲ ਅੱਗ ਹੋਣ ਦੇ ਕਈ ਵਿਚਾਰਾਂ ਨੇ ਉਹਨੂੰ ਕੰਮ ਨਾ ਕਰਨ ਲਈ ਝੰਜੋੜਿਆ ਪਰ ਪੱਠੀ ਦੀ ਅੱਗ ਨਾਲੋਂ ਤੇਜ਼ ਅੱਗ ਤਾਂ ਉਹਦੇ ਪੇਟ ਦੀ ਸੀ ਬਸੰਤੀ ਦੇ ਪੇਟ ਦੀ ਸੀ ਉਹਨਾਂ ਦੇ ਕਈ ਚਾਹ ਸਨ ਅਨੇਕ ਸੁਪਨੇ ਸਨ ਤੇ ਉਹ ਕੰਮ ਕਰਨਾ ਮੰਨ ਗਿਆ ਸਾਰੀ ਰਾਤ ਬਸੰਤੀ ਕੋਲੋਂ ਪਰਾਂ ਰਹਿਣ ਕਾਰਨ ਖਿਜਿਆ ਰਹਿਣ ਲੱਗਾ ਮਨ ਦਾ ਬੋਝ ਕਿਸੇ ਢੰਗ ਨਾਲ ਹਲਕਾ ਨਾ ਹੁੰਦਾ ਤੇ ਕਈ ਵਾਰੀ ਬਸੰਤੀ ਨਾਲ ਝਗੜ ਪੈਂਦਾ ਹੁਣ ਤਾਂ ਅੰਦਰਲਾ ਵੱਧਦਾ ਗੁੱਸਾ ਬਸੰਤੀ ਦੇ ਧੌਲ ਧੱਫਾ ਵੀ ਕਰ ਜਾਂਦਾ ਇੰਦਰ ਦੇਵਤੇ ਦਾ ਕਲਪਿਆ ਚਿੱਤਰ ਰੂਪ ਬਟਾ ਕੇ ਰਾਖਸ਼ ਬਣ ਗਿਆ ਤੇ ਬਸੰਤੀ ਅੰਦਰੋਂ ਆਉਂਦੀ ਮਹਿਕ ਘਟਦੀ ਗਈ ਉਹਨੂੰ ਸਾਹਮਣੀ ਕੋਠੀ ਦੀ ਮਾਲਕਣ ਦਾ ਹਾਸਾ ਚੰਗਾ ਲੱਗਦਾ ਕਾਰ ਵਿੱਚ ਆਇਆ ਮਰਦ ਇੰਦਰ ਦੇਵਤਾ ਜਪ ਤੇ ਉਹਨਾਂ ਵਰਗਾ ਹੀ ਬਣਨ ਲੱਜੇ ਘਰ ਵਾਲਾ ਸਾਰੀ ਰਾਤ ਦਾ ਥੱਕਿਆ ਟੁੱਟਿਆ ਘਰ ਆਉਂਦਾ ਬਸੰਤੀ ਦੀ ਬੇਰੁਖੀ ਵੇਖ ਕੇ ਦਿਨ ਦੇ ਚਿੱਟੇ ਚਾਨਣ ਨੂੰ ਹੀ ਰਾਤ ਸਮਝ ਕੇ ਸੌ ਜਾਂਦਾ ਇੱਕ ਦਿਨ ਕੋਈ ਤਿਹਾਰ ਸੀ ਸਾਹਮਣੀ ਕੋਠੀ ਬੜੀ ਸਜਾਈ ਗਈ ਤੇ ਫਿਰ ਉਹਨਾ ਆਪਣੇ ਲਾਗੇ ਚਾਗੇ ਵਸਤੇ ਗਰੀਬ ਲੋਕਾਂ 'ਚ ਪੁਰਾਣੇ ਕੱਪੜੇ ਵੰਡੇ ਤੇ ਨਾਲ ਇੱਕ ਇੱਕ ਰੁਪਈਆ ਵੀ ਦਿੱਤਾ ਬਸੰਤੀ ਦੀ ਵਾਰੀ ਉਹਨੂੰ ਇੱਕ ਉਤਾਰੀ ਪੁਰਾਣੀ ਸਾੜੀ ਮਿਲੀ ਸਾੜੀ ਦਾ ਰੰਗ ਵੇਖ ਕੇ ਉਹਨੂੰ ਚਾਅ ਚੜ ਗਿਆ ਰਾਤ ਦਾ ਭੰਨਿਆਂ ਘਰ ਆਲਾ ਸੌ ਰਿਹਾ ਸੀ ਉਹ ਕਮਰੇ ਦੇ ਅੰਦਰ ਹੀ ਨਾਤੀ ਸਾੜੀ ਪਹਿਨ ਲਈ ਹਵਾਲ ਜੀ ਨਹੀਂ ਚੰਗੀ ਤਰ੍ਹਾਂ ਉਵਾ ਸਕਦੀ ਸੀ ਬਾਹਲੇ ਉਹਦਾ ਜੀ ਸੁਰਖੀ ਪਾਊਡਰ ਲਾਉਣ ਨੂੰ ਵੀ ਕੀਤਾ ਮਨ ਅੰਦਰੋਂ ਇੱਕ ਪੀੜ ਉੱਠੀ ਘਰ 'ਚ ਜਈਆਂ ਚੀਜ਼ਾਂ ਨਹੀਂ ਸੀ ਫਿਰ ਉਹ ਘਰ ਵਾਲੇ ਨੂੰ ਹੈਰਾਨ ਕਰ ਦੇਣ ਦੇ ਖਿਆਲ ਨਾਲ ਉਹਦੇ ਮੰਜੇ ਲਾਗੇ ਜਾ ਘੜੀ ਸੋਚਣ ਲੱਗੀ ਆ ਜਿਹਨੂੰ ਵਿਖਾਵਾਂ ਮੈਂ ਭਲਾ ਘੱਟ ਸੋਹਣੀ ਆ ਤੇ ਉਹਨੇ ਹਲੂਣ ਕੇ ਪਤੀ ਨੂੰ ਜਗਾ ਲਿਆ ਉਹ ਕਬਰਾ ਕੇ ਉੱਠ ਬੈਠਾ ਪਹਿਲਾਂ ਤਾਂ ਕਦੀ ਅਜਿਆ ਨਹੀਂ ਹੋਇਆ ਸੀ ਅੱਖਾਂ ਮਲਦਿਆਂ ਉਹਨੇ ਘਰ ਵਾਲੀ ਦਾ ਬਦਲਿਆ ਰੂਪ ਵੇਖਿਆ ਤੇ ਫਿਰ ਕੁਛ ਹੈਰਾਨ ਹੋਇਆ ਬੈਠਾ ਰਿਹਾ ਅਚਾਨਕ ਪਤਾ ਨਹੀਂ ਉਸ ਚ ਕੀ ਭੂਤ ਆ ਵੜਿਆ ਉਹਨੇ ਬਸੰਤੀ ਨੂੰ ਕੁੱਤੋਂ ਫੜ ਲਿਆ ਨੱਚਣ ਲੱਗਣਾ ਤੇਰੀ ਮਾਂ ਰੀਸਾਂ ਕਰਦੀ ਐ ਕੁੱਤੀ ਰੀਸਾਂ ਨਹੀਂ ਕਰਦੀ ਤਾਂ ਬਸੰਤੀ ਨੂੰ ਇਨਾਂ ਹੀ ਬੋਲਾਂ ਦੀ ਸੁਰਤ ਰਹੀ ਤੇ ਜਦੋਂ ਉਹਦੀ ਹੋਸ਼ ਪਰਤੀ ਉਹਨੇ ਵੇਖਿਆ ਉਹਦੇ ਅੰਦਰਲੇ ਮਨ ਵਾਂਗੂ ਸਾੜੀ ਵੀ ਲੀਰਾਂ ਹੋ ਗਈ ਸੀ ਤੇ ਪਿੱਛੋਂ ਘੰਟਾ ਭਾਰੋ ਦਾ ਪਤੀ ਉਹਨੂੰ ਸਮਝਾਉਂਦਾ ਰਿਹਾ ਇਹ ਲੋਕ ਜਾਣ ਬੁੱਝ ਕੇ ਸਾਨੂੰ ਦਾਨ ਕਰਦੇ ਐ ਅਸੀਂ ਆਪਦੀ ਰੁੱਖੀ ਮਿੱਸੀ ਖਾਣੇ ਆ ਜਿੰਨੇ ਜੁਗਗੇ ਆ ਕਰਦੇ ਆ ਨੰਗੇ ਤਾਂ ਨਹੀਂ ਫਿਰਦੇ ਉਹਨਾਂ ਦਾ ਉਤਾਰ ਕਿਉਂ ਪਾਈਏ ਤੂੰ ਕਮਲੀ ਐ ਉਹ ਕੋਈ ਤੀਵੀ ਐ ਮੇਰੇ ਮੂੰਹੋਂ ਕੁਝ ਹੋਰ ਸੁਣਦੀ ਐ ਉਹ ਤਾਂ ਰੰਡੀਆਂ ਨਾਲੋਂ ਭੈੜੀ ਐ ਹੂੰ ਪਾ ਲਈ ਉਹਦੀ ਸਾੜੀ ਉਹਵੇਂ ਗੁੱਸੇ ਚ ਬੋਲਦਾ ਬਿਨਾਂ ਰੋਟੀ ਖਾਦਿਆਂ ਰਾਤ ਦੇ ਕੰਮ ਤੇ ਚਲਾ ਗਿਆ ਕਿੰਨੀ ਦੇਰ ਤੱਕ ਬਸੰਤੀ ਪਈ ਦੁਸਕ ਦੀ ਰਹੀ ਉਹਨੂੰ ਕੋਈ ਯਾਦ ਨਹੀਂ ਸੀ ਨਾ ਉઠી ਨਾ ਉਸ ਕੁਝ ਖਾਦਾ ਪੀਤਾ ਨਾ ਹੀ ਉਹਨੂੰ ਆਪਣੇ ਪਤੀ ਦੀ ਕੋਈ ਗੱਲ ਸਮਝ ਆਈ ਕੱਲ ਦੀ ਗੱਲ ਐ ਜਿਹੜੇ ਕਾਰਖਾਨੇ ਚੋਂ ਕੰਮ ਕਰਦਾ ਸੀ ਸ਼ਾਇਦ ਆਜ਼ਾਦੀ ਦਿਹਾੜਾ ਸੀ ਜਾਂ ਕੋਈ ਹੋਰ ਤੇਥ ਤਿਹਾਰ ਉਹਨੂੰ ਕਿਹੜਾ ਯਾਦ ਰਹਿੰਦਾ ਸੀ ਤੇ ਉਹਦੇ ਮਾਲਕ ਨੇ ਕਰਮਚਾਰੀਆਂ ਨੂੰ ਝੰਡੇ ਦਿੱਤੇ ਸੀ ਕਿ ਅੱਜ ਦਾ ਦਿਨ ਜਿੰਨਾ ਕੁ ਸਾਈਕਲ ਹੈ ਹੈਂਡਲਾਂ ਨਾਲ ਬੰਨ ਲੈਣ ਤੇ ਬਾਕੀ ਉਹ ਜੀ ਹੱਥਾਂ 'ਚ ਲੈ ਕੇ ਤੁਰਨ ਤੇ ਫਿਰ ਆਪਣੇ ਘਰਾਂ ਦੀਆਂ ਛੱਤਾਂ ਤੇ ਲਾ ਦੇਣ یوں ਮਾਲਕ ਨੇ ਮਜ਼ਦੂਰਾਂ ਦੇ ਏਕੇ ਦਾ ਸਬੂਤ ਦੇਣਾ ਸੀ ਦੇਖਾ ਦੇਖੀ ਉਹ ਵੀ ਝੰਡਾ ਹੱਥ 'ਚ ਲੈ ਕੇ ਘਰੇ ਆ ਗਿਆ ਤੇ ਆ ਕੇ ਖਿੱਚ ਕੇ ਝੰਡਾ ਪਰੇ ਵਗਾ ਮਾਰਿਆ ਸੌਲੇ ਇੱਕੇ ਦੇ ਤੇ ਫਿਰ ਕਿੰਨੀਆਂ ਗਾਲਾਂ ਆਪ ਨੂੰ ਤੇ ਹੋਰ ਪਤਾ ਨਹੀਂ ਕਿਸ-ਕਿਸ ਨੂੰ ਕੱਢਦਾ ਰਿਹਾ। ਬਸੰਤੀ ਨੇ ਦੇਖਿਆ ਕਮਰੇ ਦੀ ਇੱਕ ਨੁਕਰੇ ਝੰਡਾ ਮੁਧੋਲਿਆ ਜਿਹਾ ਤੇ ਲਿਬੜਿਆ ਪਿਆ ਸੀ। ਉੱਪਰੋਂ ਆਏ ਹਾਸੇ ਦੀ ਆਵਾਜ਼ ਨਾਲ ਬਸੰਤੀ ਤਰਭ ਗਈ। ਉਹਨੂੰ یوں ਲੱਗਿਆ ਜਿਵੇਂ ਉਹ ਬਸੰਤੀ ਦੀ ਇਹੋ ਜਿਹੀ ਹਾਲਤ ਤੇ ਠਹਾਕਾ ਮਾਰ ਕੇ ਹੱਸ ਰਹੇ ਹੋਣ। ਕੱਲ ਹੀ ਉਹਦੇ ਘਰ ਵਾਲੇ ਨੇ ਬਸੰਤੀ ਨੂੰ ਦੱਸਿਆ ਸੀ ਇਹ ਸੌਰਤ ਕੋਲ ਆਉਣ ਵਾਲਾ ਆਦਮੀ ਉਹਨਾਂ ਦੇ ਕਾਰਖਾਨੇ ਦਾ ਹਿੱਸੇਦਾਰ ਹੈ। ਤੇ ਬਸੰਤੀ ਨੂੰ ਜਿਵੇਂ ਦਸੀਆਂ ਗੱਲਾਂ ਦੀ ਕੁਝ ਕੁ ਸਮਝ ਆ ਰਹੀ ਹੋਵੇ। ਉਹਦੇ ਤੇ ਉਹਦੇ ਘਰ ਵਾਲੇ ਦੇ ਹਾਸੇ, ਕੋਠੀ ਵਾਲੇ ਚੁਰਾ ਕੇ ਲੈ ਗਏ ਹੋ। ਉਹਦੇ ਘਰ ਵਾਲੇ ਦੀਆਂ ਰਾਤਾਂ ਦੀ ਨੀਂਦ, ਕਾਰ ਚੌਣ ਵਾਲਾ ਆਦਮੀ ਜਿਵੇਂ ਖੋ ਕੇ ਲੈ ਗਿਆ ਹੋਵੇ। ਕੋਠੀ ਦੀ ਮਾਲਕਨ ਬੁੱਢੀ ਹੁੰਦੀ ਵੀ ਜਵਾਨ ਲੱਗਦੀ ਸੀ ਤੇ ਉਹ ਆਪ ਜਵਾਨ ਜਹਾਨ ਵੀ ਬੁੱਢੀ ਹੋ ਗਈ ਸੀ। ਉਹਨੂੰ ਜਾਪਿਆ ਜਿਵੇਂ ਬਸੰਤੀ ਦੀ ਜਵਾਨੀ ਦੇ ਸਾਰੇ ਬਰੇ ਕੋਠੀ ਦੀ ਮਾਲਕਨ ਨੇ ਹੰਡਾ ਲਏ ਹੋਣ। ਉਹਦੇ ਪਤੀ ਦੀ ਹੱਡ ਭਨਵੀ ਮਿਹਨਤ ਜਿਵੇਂ ਉਹਨਾਂ ਦੇ ਐਸ਼-ਆਰਾਮ ਤੇ ਹਾਸਿਆਂ 'ਚ ਦਮ ਤੋੜ ਰਹੀ ਹੋਵੇ। ਪਹਿਲੀ ਵਾਰ ਉਸ ਅੰਦਰ ਕੁਝ ਜਾਗਿਆ ਤੇ ਉਹ ਅੰਦਰੋਂ ਜਿਵੇਂ ਪੱਛੀ ਗਈ। ਘਰ ਵਾਲੇ ਤੇ ਉਹਨੂੰ ਤਰਸ ਆਇਆ। ਉੱਪਰੋਂ ਆਉਂਦੇ ਹਾਸੇ ਦੀ ਆਵਾਜ਼ ਉਹਨਾਂ ਦੇ ਘਰ ਕੋਲ ਪਏ। ਕੂੜੇ ਦੇ ਢੇਰ ਨਾਲ ਘਸਰ ਕੇ ਬਦਬੂ ਮਾਰਨ ਲੱਗੇ। ਨਫ਼ਰਤ ਨਾਲ ਬਸੰਤੀ ਨੇ ਨੱਕ ਸਕੋੜਿਆ। ਫਿਰ ਪਤਾ ਨਹੀਂ ਉਸ ਅੰਦਰ ਕਿਵੇਂ ਗੁੱਸਾ ਤੇ ਰੋਜ ਜਾਗ ਗਿਆ। ਕੋਲ ਪਿਆ ਪੱਥਰ ਚੁੱਕ ਕੇ ਉਹਨੇ ਕਾਰ ਦੇ ਸਾਹਮਣੇ ਸ਼ੀਸ਼ੇ 'ਚ ਮਾਰਿਆ। ਵਿੰਡਗਲਾਸ ਦੀਆਂ ਬੁਰਕੀਆਂ ਨਿਕਲ ਗਈਆਂ ਤੇ ਸ਼ੀਸ਼ਾ ਮੱਕੀ ਦੇ ਦਾਣੇ ਵਾਂਗੂ ਭੂਰਾ-ਭੂਰਾ ਹੋ ਕੇ ਖਿਲਰ ਗਿਆ। ਸੀਟ ਨੇ ਖੜਕਾ ਸੁਣਿਆ ਬਾਰੀ ਵਿੱਚੋਂ ਦੀ ਥੱਲੇ ਤੱਕਿਆ ਤੇ ਫਿਰ ਗੋਲੀ ਦੀ ਫੁਰਤੀ ਨਾਲ ਥੱਲੇ ਉਤਰ ਆਇਆ ਬਸੰਤੀ ਨੂੰ ਉਹਨੇ ਦੇਖ ਲਿਆ ਉਹਨੂੰ ਬਾਹਾਂ ਫੜ ਕੇ ਧੂਕੇ ਕਾਰ ਕੋਲ ਲੈ ਆਇਆ ਪਿਓ ਦੀ ਕਾਰ ਸੀ ਪੈਸੇ ਕਾਢੇ ਤੇ ਨਹੀਂ ਥਾਣੇ ਚੱਲ ਉਹਨੇ ਝਟਕਾ ਦੇ ਕੇ ਬਸੰਤੀ ਨੂੰ ਕਾਰ ਦੇ ਦਰਵਾਜ਼ੇ ਨਾਲ ਮਾਰਿਆ ਇੱਕ ਤਿੱਖੀ ਨੁੱਕਰ ਪੜਪੜੀ ਚਖੂਗੀ ਤੇ ਨਾਲ ਹੀ ਲਹੂ ਦੀ ਇੱਕ ਬਰੀਕ ਧਾਰ ਗੱਲ ਉਕਰੋਂ ਦੀ ਬਹਿ ਕੇ ਬਸੰਤੀ ਦੀ ਧੌਣ ਨੂੰ ਗੱਜ ਕਰ ਗਈ ਲਹੂ ਦੇਖ ਕੇ ਸੀਟ ਥੋੜਾ ਜਰ ਗਿਆ ਲੋਕਾਂ ਦਾ ਇਕੱਠ ਹੋ ਗਿਆ ਤੇ ਚੁੱਪ ਤੋ ਸ਼ੈ ਪਾ ਕੇ ਫਿਰ ਪੱਟੀ ਚ ਬੁੜਕੇ ਦਾਣੇ ਵਾਂਗ ਟੱਪਿਆ ਤੇ ਰੌਲਾ ਪਾਉਣ ਲੱਗਾ। ਹਨੇਰ ਮਚ ਗਿਆ ਸਾਲਾ 500 ਦਾ ਸ਼ੀਸ਼ਾ ਤੋੜ ਦਿੱਤਾ ਈ। ਮੈਂ ਤਾਂ ਥਾਣੇ ਲੈ ਕੇ ਚੱਲੂ। ਸੁਣਦੇ ਹੋ? ਬਸੰਤੀ ਨੂੰ ਉਹਨੇ ਅਜੇ ਵੀ ਨਹੀਂ ਸੀ ਛੱਡਿਆ। ਤੁਹਾਡੇ ਕੋਈ ਲੀਡਰ ਹੈਗਾ ਈ। ਸਾਥ ਚੱਲੋ ਮੇਰੇ। ਨਹੀਂ 500 ਦਾ ਸ਼ੀਸ਼ਾ ਦੇਵੇ। ਸੀਟ ਚੌੜਾ ਹੋਇਆ ਰੌਲਾ ਪਾ ਰਿਆ ਸੀ। ਗੱਲ ਵਧਦੀ ਦੇਖ ਕੇ ਭੀੜ ਚੋਂ ਇੱਕ ਆਦਮੀ ਅੱਗੇ ਵਧਿਆ ਤੇ ਉਹਨੇ ਸੀਟ ਕੋਲੋਂ ਬਸੰਤੀ ਦੀ ਬਾਹਂ ਚੁਡਾ ਲਈ। 500 ਅਸੀਂ ਦੰਨੇ ਆ। ਇੰਨਾ ਲੋਕ ਕੱਢ ਲੈਣ ਦੇ। ਉਹ ਪੂਰੇ ਥਰਮੇ ਨਾਲ ਬੋਲਿਆ ਸੇਠ ਪੀਲਾ ਪੈ ਗਿਆ ਮਨਜ਼ੂਰ ਹੈ ਉਹੀ ਆਦਮੀ ਫਿਰ ਪੂਰੇ ਰੋਗ ਨਾਲ ਬੋਲਿਆ ਸੇਠ ਨੇ ਔਖਾ ਹੋ ਕੇ ਗੱਲ 'ਚ ਅਟਕਿਆ ਥੋਕ ਅੰਦਰ ਲੰਘਾਇਆ ਨੀਵੀਂ ਪਾ ਕੇ ਕਾਰ 'ਚ ਬੈਠਣ ਲੱਗਾ ਥਾਣੇ ਨਹੀਂ ਚਲਣਾ ਉਸੇ ਆਦਮੀ ਨੇ ਵਿਅੰਗਮਈ ਮੁਸਕਰਾਟ ਨਾਲ ਕਿਹਾ ਸੇਠ ਨੇ ਨੀਵੀਂ ਨਹੀਂ ਚੁੱਕੀ ਤੇ ਉਹ ਕਾਰ ਲੈ ਕੇ ਚਲਾ ਗਿਆ ਬਸੰਤੀ ਵਾਲਿਆਂ ਨੇ ਬਸੰਤੀ ਦੇ ਜ਼ਖਮ ਤੇ ਹਲਦੀ ਲਾ ਕੇ ਪੱਟੀ ਬੰਨ੍ਹ ਦਿੱਤੀ ਉਹ ਗੁੰਮਸਮਝੀ ਘਰ ਆ ਗਈ ਆਥਣੇ ਉਹਦਾ ਪਤੀ ਆਇਆ ਸਾਰੀ ਘਟਨਾ ਉਹ ਬਾਹਰੋਂ ਹੀ ਬਸਤੀ ਵਾਲਿਆਂ ਤੋਂ ਸੁਣਾਇਆ ਸੀ ਪੱਟੀ ਉੱਪਰ ਸਿਮ ਆਇ ਲਹੂ ਨੂੰ ਉਹਨੇ ਇੱਕ ਪਲ ਵੇਖਿਆ ਫਿਰ ਪੋਲਾ ਜਿਹਾ ਹੱਥ ਨਾਲ ਖਲੋਸਿਆ ਭਾਵੁਕ ਹੋ ਗਿਆ ਬਸੰਤੀ ਨੂੰ ਉਹਨੇ ਜੱਫੀ ਚ ਘੁੱਟ ਲਿਆ ਨਾਲ ਚਿਮੜ ਕੇ ਰੋ ਪਈ ਵੇਗ ਚ ਆਇਆ ਉਹਦਾ ਵੀ ਗੱਜ ਭਰ ਆਇਆ ਅੱਗੇ ਕਦੇ ਵੀ ਉਹਨੂੰ ਬਸੰਤੀ ਦਾ ਇੰਨਾ ਮੋ ਨਹੀਂ ਸੀ ਆਇਆ ਧੰਨਵਾਦ